ਸਰ ਤੁਸੀਂ ਥਾਣਾ ਮੁਖੀ ਭੋਗਪੁਰ ਲੱਗੇ ਜੀ, ਥਾਣਾ ਮੁਖੀ ਜੋ ਸ਼ਹਿਰ ਦੀ ਪਬਲਿਕ ਆ ਅਤੇ ਪਿੰਡਾਂ ਦੀ ਪਬਲਿਕ, ਉਹਨਾਂ ਨੂੰ ਕੀ ਸੰਦੇਸ਼ਾ ਦੇਣਾ ਜਿਹੜੇ ਕੋਰੋਨਾ ਵਾਇਰਸ ਬਾਰੇ? ਕੋਰੋਨਾ ਵਾਇਰਸ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਜੋ ਲਾਕਡਾਊਨ ਕਰਫਿਊ ਲਾਇਆ ਗਿਆ ਉਹਦੇ ਸੰਬੰਧ ਵਿੱਚ ਮੈਂ ਭੋਗਪੁਰ ਵਾਸੀਆਂ ਅਤੇ ਪਿੰਡਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਵੱਧ ਤੋਂ ਵੱਧ ਆਪਣੇ ਘਰਾਂ ਵਿੱਚ ਰਹੋ, ਬਾਹਰ ਨਾ ਨਿਕਲੋ। ਪਿੰਡਾਂ ਵਿੱਚ ਹਰ ਸਹੂਲਤ ਪ੍ਰਦਾਨ ਕੀਤੀ ਗਈ ਹੈ, ਪਿੰਡਾਂ ਵਾਲਿਆਂ ਨੂੰ ਕਰਿਆਨਾ ਮੈਡੀਕਲ ਸਹੂਲਤ ਹਰ ਮਿਲ ਰਹੀ ਹੈ, ਉਹਨਾਂ ਦੇ ਘਰਾਂ ਤੱਕ ਪਹੁੰਚ ਰਹੀ ਹੈ। ਵੱਧ ਤੋਂ ਵੱਧ ਆਪਣੇ ਘਰਾਂ 'ਚ ਰਹਿ ਕੇ ਸਮਾਂ ਗੁਜ਼ਾਰੋ। ਇਸ ਤੋਂ ਇਲਾਵਾ ਮੈਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਜੋ ਵੀ ਲੋੜਵੰਦ DC ਆਫਿਸ ਜਾਂ ਕੰਟਰੋਲ ਰੂਮ 'ਤੇ ਫੋਨ ਕਰ ਰਹੇ ਆ, ਉਹਨਾਂ ਨੂੰ ਆਪਣੀਆਂ ਵੋਟਾਂ ਨੂੰ ਇੱਕ ਪਾਸੇ ਰੱਖਦੇ ਹੋਏ ਪਹਿਲਾਂ ਇਹ ਚੈੱਕ ਕਰੋ ਕਿ ਵਾਕਈ ਉਸ ਪਰਿਵਾਰ ਨੂੰ ਇਹਦੀ ਜ਼ਰੂਰਤ ਹੈ। ਅਗਰ ਜ਼ਰੂਰਤ ਹੈ ਤਾਂ ਸਰਕਾਰ ਨੂੰ ਹਰ ਮੁਹੱਈਆ ਜੋ ਕਰਾਏਗੀ, ਅਗਰ ਨਹੀਂ ਤਾਂ ਉਹਦੇ ਖਿਲਾਫ਼ ਐਕਸ਼ਨ ਵੀ ਲਿਆ ਜਾਏਗਾ। ਦੁਕਾਨਾਂ ਵਾਲੇ ਜਿੰਨੇ ਵੀ ਦੁਕਾਨਦਾਰ ਆ ਜਾਂ ਸ਼ਹਿਰ ਦੇ ਵਿੱਚ ਕੋਈ ਫਾਰਮੇਸੀ ਆਪਣੀ ਮੈਡੀਕਲ, ਲੋਕ ਇਹ ਕਹਿ ਰਹੇ ਵੀ ਥੋੜ੍ਹੀ ਜਿਹੀ ਦਿੱਕਤ ਆ ਰਹੀ ਹੈ ਸਪਲਾਈ ਹੋਣ 'ਚ। ਸਪਲਾਈ ਵਿੱਚ ਕੋਈ ਦਿੱਕਤ ਨਹੀਂ ਆ ਰਹੀ, ਉਹਨਾਂ ਨੂੰ ਬਕਾਇਦਾ ਟਾਈਮ ਦਿੱਤਾ ਗਿਆ, ਸਵੇਰੇ 6 ਤੋਂ 9, ਸ਼ਾਮ ਨੂੰ 3 ਤੋਂ 6, ਉਹ ਹਰ ਜਗ੍ਹਾ 'ਤੇ ਸਪਲਾਈ ਕਰ ਰਹੇ ਆ। ਸਰ ਕਈ ਪ੍ਰੋਬਲਮ ਇੱਦਾਂ ਦੇ ਆ ਰਹੇ, ਜਿਹੜਾ ਨੰਬਰ ਟੈਲੀਫੋਨ ਨੰਬਰ ਆਪ ਜੀ ਨੇ ਜਾਰੀ ਕੀਤੇ ਉਹ ਨੰਬਰ ਅਸੀਂ ਕੱਲ੍ਹ ਤੋਂ ਡਾਇਲ ਕਰ ਰਹੇ, ਕਈ ਸਵਿੱਚ ਅਪ ਆਉਂਦਾ, ਕੋਈ ਚੱਕਦਾ ਹੈ ਨਹੀਂ, ਇਹਦੇ ਬਾਰੇ ਕੀ ਤੁਸੀਂ ਸੁਣਾ ਦੇਣਾ ਚਾਹੋਗੇ? ਸਰ ਉਹਦੇ ਵਿੱਚ ਕਰੀਬ 40 ਨੰਬਰ ਸੀ, ਉਹਨਾਂ ਵਿੱਚੋਂ 2-3 ਨੰਬਰ 'ਚ ਵਾਕਈ ਡਿਫੀਕਲਟੀ ਆਈ ਸੀ, ਉਹ ਨੰਬਰ ਗਲਤ ਪੈ ਗਏ ਸੀ, ਹੁਣ ਉਹ ਨੰਬਰ ਸਹੀ ਹੋ ਗਿਆ। ਜਿਹੜੇ 2 ਨੰਬਰ ਤੁਸੀਂ ਕਰਤੇ ਉਹ ਬਗਲ ਨੂੰ ਬਿਲਕੁਲ ਸਹੀ ਹੋ ਗਿਆ। ਹੋਰ ਪੁਲਿਸ ਸਾਹਿਬ ਨੂੰ ਕੀ ਸੰਦੇਸ਼ਾ ਦੇਣਾ ਚਾਹੁੰਦੇ? ਮੈਂ ਤਾਂ ਇਹੀ ਸੰਦੇਸ਼ ਦੇਣਾ ਚਾਹੁੰਦਾ ਸਰ ਪਿੰਡ ਦੀਆਂ ਪੰਚਾਇਤਾਂ ਨੂੰ ਕਿ ਜਿਹੜਾ ਵੀ ਸਹੀ ਲੋੜਵੰਦ ਆ ਉਹ ਸਾਨੂੰ ਦੱਸੋ, ਸਹੀ ਲੋੜਵੰਦ ਤੱਕ ਸਰਕਾਰ ਹਰ ਸਹੂਲਤ ਮੁਹੱਈਆ ਕਰਵਾ ਰਹੀ ਹੈ। ਸਰ ਜਿਹੜੀ ਆਟਾ ਚੱਕੀ ਹੈ ਉਹ ਬੰਦ ਹੈ 2-4 ਦਿਨ ਤੋਂ, ਜਦੋਂ ਦਾ ਵੀ ਲੋਕਡਾਊਨ ਹੋਇਆ ਹੈ, ਅਤੇ ਸਰ ਇਹ ਕੀ ਖੁੱਲ੍ਹ ਗਿਆ ਹੈ, ਕੀ ਹੈ ਸੰਦੇਸ਼ ਤਰ੍ਹਾਂ ਦੱਸ ਦਿਓ ਲੋਕਾਂ ਨੂੰ? ਕੋਈ ਆਟਾ ਚੱਕੀ ਬੰਦ ਨਹੀਂ, ਸਾਨੂੰ ਦੱਸੋ ਕਿਹੜੀ ਬੰਦ ਹੈ? ਆਪਣੀ ਸਾਰੀ ਫੋਰਸ ਨੂੰ ਬਰੀਫ ਕੀਤਾ ਹੋਇਆ, ਉਹ ਹਰ ਸਹੂਲਤ ਪ੍ਰਦਾਨ ਕਰ ਰਹੀ ਹੈ, ਲੋਕਾਂ ਨੂੰ ਅਵੇਅਰ ਕਰ ਰਹੀ ਹੈ ਵੀ ਘਰਾਂ ਤੋਂ ਘੱਟ ਬਾਹਰ ਨਿਕਲੋ, ਆਪਣੇ ਘਰਾਂ 'ਚ ਰਹੋ। ਮੇਰਾ ਨਾਮ ਅਮਨਦੀਪ ਕੌਰ ਆ, ਮੇਰਾ ਡੈਜ਼ਿਗਨੇਸ਼ਨ ANMM ਹੈ। ਠੀਕ ਹੈ ਮੈਡਮ, ਅੱਜ ਇਹ ਜੋ ਕੋਰੋਨਾ ਵਾਇਰਸ ਚੱਲਦਾ ਪਿਆ, ਕੀ ਤਿਆਰੀ ਕੀਤੀ ਗਈ ਹੈ ਭੋਗਪੁਰ ਡਿਸਪੈਂਸਰੀ ਤੋਂ, ਭੋਗਪੁਰ ਜਨਤਾ ਨੇ ਕੀ ਤਿਆਰੀ ਕੀਤੀ ਗਈ? ਭੋਗਪੁਰ ਡਿਸਪੈਂਸਰੀ ਦੇ ਵਿੱਚ ਜੀ ਇੱਕ ਲੋਕਲ ਡਿਸਪੈਂਸਰੀ ਹੈ, ਉਹ ਸਾਡਾ ਜਿਹੜਾ ਸੈਂਟਰ ਹੈ ਉਹ ਕਾਲਾ ਬੱਕਰਾ ਹੈ, ਜੋ ਵੀ ਕੋਰੋਨਾ ਪੇਸ਼ੈਂਟ ਦੀ ਤਿਆਰੀ ਹੈ ਨਾ ਉੱਥੇ ਸਾਡੇ ਮੇਨ ਸੈਂਟਰ ਆਈਸੋਲੇਸ਼ਨ ਵਾਰਡ ਵਗੈਰਾ ਉੱਥੇ ਸਾਰੀਆਂ ਬੜੀਆਂ ਹੈ। ਹੁਣ ਤੱਕ ਤੁਸੀਂ ਘਰ ਘਰ ਜਾ ਕੇ ਚੈੱਕ ਕਰਦੇ ਹੋ ਰਿਪੋਰਟ, ਸਰਕਾਰ ਦੇ ਰਿਪੋਰਟ ਦੇ ਮੁਤਾਬਿਕ ਭੋਗਪੁਰ 'ਚ 25 ਤੋਂ 30 ਹਜ਼ਾਰ ਆਬਾਦੀ ਹੋਣਾ? ਨਹੀਂ ਨਹੀਂ ਜੀ ਨਹੀਂ, ਇਹ ਜੀ 2 ਥਾਂ 'ਚ ਡਿਵਾਈਡ ਆ। ਸੈਂਟਰ ਜਿਹੜਾ ਭੋਗਪੁਰ ਆ ਨਾ ਫਾਟਕ ਤੋਂ ਉਰੇ ਆ, ਦਿੱਲੀ ਬੈਂਕ ਆ ਨਾ ਜਿਹੜੇ, ਉੱਥੇ ਤੋਂ ਸਾਡੇ ਤੋਂ ਇਹ ਸਾਡੇ ਤੋਂ 7 ਹਜ਼ਾਰ ਦੀ ਆਬਾਦੀ। ਠੀਕ ਹੈ 7 ਹਜ਼ਾਰ ਆਬਾਦੀ ਵਿੱਚ ਜਿਹੜੇ ਲਿਸਟ ਆਏ ਨੇ, ਜਿਹੜੇ ਬਾਹਰੋਂ ਆਏ ਨੇ, ਉਹਨਾਂ ਦਾ ਕੀ ਤੁਸੀਂ ਚੈੱਕ ਕੀਤੇ? ਕੋਈ ਤੁਹਾਨੂੰ ਇੱਦਾਂ ਦਾ ਹੁਣ ਤੱਕ ਭੋਗਪੁਰ ਸ਼ਹਿਰ ਦੇ ਵਿੱਚ ਆਪਾਂ ਕਸਮਾਂ ਦੀ ਗੱਲ ਕਰੀਏ, ਕੁਛ ਪੈਸੇ ਮਿਲੇ ਕਿਆ ਕੋਰੋਨਾ ਵਾਇਰਸ ਦਾ ਜਾਂ ਕੋਈ ਸੰਦਿਗਧ? ਜਿੰਨੇ ਪੇਸ਼ੈਂਟ ਅਸੀਂ ਟਰੈਕ ਕੀਤੇ ਆ, ਜਿੰਨੀਆਂ ਦੀਆਂ ਸਾਡੀਆਂ ਡਾਕਟਰ ਸਾਹਿਬਾਂ ਨੇ ਲਿਸਟਾਂ ਭੇਜੀਆਂ ਸੀ, ਉਹ ਸਾਰੇ ਪੇਸ਼ੈਂਟ ਠੀਕ ਆ ਜੀ। ਤੇ ਇੱਦਾਂ ਦਾ ਕੋਈ ਸਰਕਾਰ ਕੋਲ ਆਇਆ ਹੈ ਕਿ ਤੁਹਾਡਾ ਕੰਟੈਕਟ ਨੰਬਰ ਲੈ ਕੇ ਕੋਈ ਪਰੇਸ਼ਾਨ ਹੈ, ਗਰੀਬ ਮਰੀਜ਼ ਹੋ ਜਾਂ ਕੋਈ ਵੀ ਹੋ, ਇੱਦਾਂ ਦਾ ਕੋਈ ਦਵਾਈ ਲੈ ਕੇ ਤੁਸੀਂ ਘਰ ਘਰ ਦੇ ਸਕਦੇ ਹੋ ਜਾਂ ਇੱਦਾਂ ਦਾ? ਇੱਥੇ ਸਾਡੇ CHO ਦੀ ਪੋਸਟ ਹੈ, ਡਾਕਟਰ ਸਾਹਿਬ ਦੀ ਵੀ ਆ,
ਔਨ ਡਿਊਟੀ ਉਹ ਹੁੰਦੇ ਔਰ ਦੇ ਦਿੰਦੇ ਮੈਡੀਸਨ। ਅੱਛਾ ਬੇਟੀ ਇੱਥੇ ਆਣਾ ਪਊਗਾ ਮੈਨੂੰ, ਰੁਕੇ ਆਣਾ ਪਊਗਾ ਤੇ ਜਿੱਦਾਂ ਅਸੀਂ ਬੈਠੇ ਆ ਜੇ ਸਾਡੇ ਵਾਰੀ ਕੋਈ ਆ ਜਾਵੇ ਤੇ ਅਸੀਂ ਦੇ ਦਿੰਦੇ। ਤੇ ਇੱਥੇ ਦਵਾਈ ਕਿਹੜੀ ਕਿਹੜੀ, ਭਗਵਾਨ ਨਾ ਕਰੇ ਇਦਾਂ ਦਾ ਕੋਈ ਲੋੜ ਪੈ ਜਾਏ, ਕਿਹੜੀ ਕਿਹੜੀ ਦਵਾਈ ਦੀ ਅਵੇਲੇਬਲ ਤੁਹਾਡੇ ਕੋਲ? ਇੱਥੇ ਜਨਰਲ ਮੈਡੀਸਨ ਹੀ ਆ ਸਾਰੀ, ਕਿਹੜੇ ਕਿਹੜੇ ਹੈ? ਕੰਮ ਕਰੀ ਸ਼ਾ ਜਕਾਂ ਦੀ ਆ ਤੇ ਬੀਪੀ ਦੀ ਆ ਤੇ ਸ਼ੂਗਰ ਦੀ ਆ ਤੇ ਵਿਟਾਮਿਨ ਸੀ ਦੀ ਥੋੜੀ ਬਹੁਤ ਕਮੀ ਆ ਰਹੀ ਹੈ। ਅਗਰ ਤੁਹਾਡੇ ਕੋਲ ਇਸ ਟਾਈਮ ਸਟਾਕ ਕਿੰਨਾ ਕੁ ਪਈ ਆ ਵਿਟਾਮਿਨ ਸੀ? ਵਿਟਾਮਿਨ ਸੀ ਜੀ ਸਾਡੇ ਸਟਾਕ ਜਿੰਨੀ ਆਈ ਹੁੰਦੀ ਆ ਨਾ CHO ਦੇ ਸਟਾਕ ਚ ਆਈ ਹੁੰਦੀ ਆ, ਉਹਨਾਂ ਦੀ ਅਲਮਾਰੀ ਚ ਜੇ ਪਈ ਹੁੰਦੀ ਆ ਮਰੀਜ਼ਾਂ ਨੂੰ ਦੇ ਦਿੰਦੀ। ਇੱਕ ਗੱਲ ਹੋਰ ਹੈ ਮੈਡਮ, ਲਾਸਟ ਕੁਐਸਚਨ ਹੀ ਹੈ, ਜਦੋਂ ਅਸੀਂ ਆਏ ਤੇ ਅਸੀਂ ਤੁਹਾਡੇ ਇੱਥੇ ਡਿਸਪੈਂਸਰੀ ਆਏ, ਇੱਕ ਸੈਨੇਟਾਈਜ਼ ਹੁੰਦਾ ਕਿ ਹੱਥ ਨੂੰ ਸੈਨੇਟਾਈਜ਼ ਕਰਨਾ ਚਾਹੀਦਾ, ਉਹ ਅਸੀਂ ਦੇਖ ਨਹੀਂ ਪਾਏ, ਕੀ ਤੁਸੀਂ ਉਹਦੇ ਬਾਰੇ ਚ ਕੀ ਕਹੋ? ਇੱਥੇ ਜੋ ਕੋਈ ਆਉਂਦਾ ਤੇ ਸੈਨੇਟਾਈਜ਼ ਕਰਦੇ ਹੋ ਤੁਸੀਂ? ਦੇਖੋ ਜੀ ਸਾਡੀ ਡਿਊਟੀ ਫੀਲਡ ਦੀ ਆ, ਹਾਂ ਜੋ ਗੇਟ ਤੇ ਆਪਣੇ ਪਰਚੇਜ਼ ਕੀਤੇ ਹੋ ਜੀ ਜੀ ਜੀ, ਜਦੋਂ ਵੀ ਸਾਨੂੰ ਅਸੀਂ ਉੱਤਰ ਤੇ ਚੜਦੇ ਹਾਂ ਅਸੀਂ ਆਪਣਾ ਸੈਨੇਟਾਈਜ਼, ਅਗਰ ਕੋਈ ਵਾਰ ਸਾਡੇ ਤੁਹਾਡੇ ਕੋਲ ਬੋਟਲ ਪਈ ਆ ਜੀ ਜੀ ਜੀ, ਹਾਂ ਇਹਨਾਂ ਅਸੀਂ ਪਾ ਕੇ ਤੇ ਸੈਨੇਟਾਈਜ਼ ਕਰੀਏ। ਲੋਕਾਂ ਨੂੰ ਸੰਦੇਸ਼ ਇਹੀ ਦੇਣਾ ਚਾਹੁੰਦੇ ਹਾਂ ਕਿ ਸਰਕਾਰ ਵੱਲੋਂ ਤੇ ਪ੍ਰਾਈਵੇਟ ਦੁਕਾਨਦਾਰਾਂ ਵੱਲੋਂ ਸਾਰੀ ਜਿਹੜੀ ਕਰਿਆਨੇ ਦੀ ਜਾਂ ਅਸੈਂਸ਼ੀਅਲ ਕਮੋਡਿਟੀਜ਼ ਜਿੰਨੀਆਂ ਵੀ ਹੈਗੀਆਂ ਉਹਦੀ ਹੋਮ ਡਿਲੀਵਰੀ ਹੋ ਰਹੀ ਹੈ। ਸਰਕਾਰ ਮਾਨਯੋਗ CM ਪੰਜਾਬ ਅਤੇ ਪੰਜਾਬ ਸਰਕਾਰ ਵੱਲੋਂ ਕਿੱਟਾਂ ਤਿਆਰ ਹੋ ਰਹੀਆਂ, ਜਿਹੜੇ ਜਿਹੜੇ ਲੋੜਵੰਦ ਪਰਿਵਾਰ ਹੈ ਉਹਨਾਂ ਨੂੰ ਘਰਾਂ 'ਚ ਸਪਲਾਈ ਕੀਤੀ ਜਾਵੇਗੀ। ਅਤੇ ਜਿਹੜੇ ਨੰਬਰ ਕਰਿਆਨੇ ਵਾਲਿਆਂ ਦੇ ਦਿੱਤੇ ਗਏ ਆ, ਜਿਹੜੇ ਆਪ ਖਰੀਦ ਸਕਦੇ ਆ, ਉਹਨਾਂ ਨੰਬਰਾਂ 'ਤੇ ਉਹ ਕਾਲ ਕਰਨ, ਉਹ ਤੁਹਾਨੂੰ ਡੋਰ ਸਟੈਪ ਡਿਲੀਵਰੀ ਦੇਣਗੇ। ਨੰਬਰ ਕਰ ਦਿਓ ਜੀ, ਕਿਹੜੇ ਨੰਬਰ? ਨੰਬਰ ਆਹ ਕਰਿਆਨਾ ਸਟੋਰ ਹੈਗੇ ਆ, ਸੁਖੀਜਾ ਕਰਿਆਨਾ ਸਟੋਰ, ਮਨੀ ਭੰਡਾਰੀ ਕਰਿਆਨਾ ਸਟੋਰ, ਅਤੇ ਹੋਰ ਆ ਉਹ ਮੈਂ ਲਿਸਟ ਤੁਹਾਨੂੰ ਦੇ ਦਿੰਦਾ, ਅਤੇ ਉਹ ਲਿਸਟ 'ਤੇ ਫੋਨ ਕਰਨ ਨੂੰ ਤੁਹਾਨੂੰ ਡੋਰ ਸਟੈਪ ਡਿਲੀਵਰੀ ਦੇਣਗੇ। ਅਤੇ ਇਹ ਸਾਰਿਆਂ ਨੂੰ ਇੱਕੋ ਹੀ ਆ ਕਿ ਘਰੋਂ ਨਾ ਨਿਕਲਣ ਬਾਹਰ। ਲੋਕ ਸਰਕਾਰ ਦੀ ਇੰਨੀ ਸਖਤੀ ਦੇ ਬਾਵਜੂਦ ਵੀ ਘਰਾਂ ਤੋਂ ਬਾਹਰ ਨਿਕਲਦੇ ਪਏ ਆ ਕਿਉਂਕਿ ਕਰੋਨਾ ਥਰਡ ਸਟੇਜ 'ਚ ਪਹੁੰਚ ਗਿਆ ਆਪਣੇ ਇੰਡੀਆ 'ਚ। ਸਰ ਜਿਹੜਾ ਤੁਸੀਂ ਸਪਲਾਈ ਕਰ ਰਿਹਾ ਸਰ ਉਹ ਗਰੀਬਾਂ ਲਈ, ਹਾਂਜੀ, ਜੋ ਗੌਰਮੈਂਟ ਵੱਲੋਂ ਤੁਹਾਨੂੰ ਦੇਸ਼ ਆਏ, ਬਿਲਕੁਲ ਉਹਦੇ ਸੰਬੰਧ ਦੱਸੋ ਵਿਸਤਾਰ ਨਾਲ ਵੀ, ਜਿਹੜੇ ਪਿੰਡਾਂ ਵਿੱਚ ਜਾਂਦੇ ਤੁਸੀਂ ਤੇ ਲੋਕ ਕੀ ਮਹਿਸੂਸ ਕਰ ਰਹੇ? ਲੋਕ ਜਿਹੜੇ ਤੇ ਲੋੜਵੰਦ ਪਰਿਵਾਰ ਹੈ ਜਦੋਂ ਉਹਨਾਂ ਨੂੰ ਆਪਾਂ ਸਪਲਾਈ ਕਰਦੇ ਹਾਂ, ਉਹ ਤੇ ਮਤਲਬ ਕਿ ਬਹੁਤ ਵਧੀਆ ਮਹਿਸੂਸ ਕਰਦੇ ਆ ਕਿ ਘਰ ਘਰ ਤੱਕ ਪਹੁੰਚ ਰਹੀ ਆ, ਕਿਉਂਕਿ ਕਈ ਪਰਿਵਾਰ ਤੇ ਸਾਨੂੰ ਇੱਦਾਂ ਦੇ ਦੇਖਣ ਨੂੰ ਮਿਲੇ ਜਿਨ੍ਹਾਂ ਦੇ ਘਰ ਕੁਛ ਵੀ ਨਹੀਂ ਸੀ ਕੰਮ। ਕੱਲ੍ਹ ਅਸੀਂ ਦੋ ਪਰਿਵਾਰਾਂ ਨੂੰ ਇੱਦਾਂ ਦਾ ਜਿਹੜੇ ਪਿਛਲੇ 3 ਦਿਨਾਂ ਤੋਂ ਜਿਨ੍ਹਾਂ ਦਾ ਕਰਿਆਨਾ ਖਤਮ ਹੋ ਚੁੱਕਾ ਸੀ, ਉਹਨਾਂ ਨੂੰ ਉਹ ਜਦੋਂ ਡਿਲੀਵਰੀ ਕੀਤੀ ਆ, ਮਤਲਬ ਸਰਕਾਰ ਨੂੰ ਸੀਸਾਂ ਦਿੰਦੇ ਆ, ਸਾਨੂੰ ਵੀ ਸਰਕਾਰ ਦੇ ਭਾਣੇ ਸਾਨੂੰ ਵੀ ਸੀਸਾਂ ਮਿਲੀ। ਸਰ ਅਗਰ ਕੋਈ ਸਮਾਨ ਸੋਰੀ ਦਾਨ ਕਰਨਾ ਚਾਹੁੰਦਾ ਰਾਸ਼ਨ ਦਾ ਸਮਾਨ, ਬਿਲਕੁਲ ਉਹ ਹੁਣੇ ਹੁਣੇ ਸਾਨੂੰ ਕਾਲ ਆਉਂਦਾ ਤੇ ਉਹਦਾ ਕੀ ਪ੍ਰੋਸੈਸਿੰਗ ਹੈ? ਉਹਦਾ ਪ੍ਰੋਸੈਸਿੰਗ ਹੈ ਜਿੱਦਾਂ ਅਸੀਂ ਕਰਫਿਊ ਪਾਸ ਉਹਨਾਂ ਨੂੰ ਬਣਾ ਦਿੰਦੇ ਹਾਂ, ਉਹਦੇ ਉੱਤੇ ਲਿਖ ਦਿੰਦੇ ਹਾਂ ਕਿ ਇਹ ਚੈਰਿਟੀ ਦਾ ਕੰਮ ਕਰਦੇ ਪਏ ਆ, ਉਹਨਾਂ ਨੂੰ ਜਿੱਦਾਂ ਜਿੱਦਾਂ ਸਾਨੂੰ ਕਾਲ ਆਉਂਦੀ ਅਸੀਂ ਵੀ ਉਹਨਾਂ ਨੂੰ ਨੰਬਰ ਦੇ ਦਿੰਦੇ ਹਾਂ। ਕੋਈ ਸਰ ਤੁਹਾਡੇ ਨੋਟਸ ਵਿੱਚ ਆਇਆ ਕੁਛ ਥੋੜ੍ਹਾ ਜਿਹਾ ਜਿਹੜਾ ਕੋਈ ਸੁਣ ਰਿਹਾ ਸੀ, ਕਈ ਲੋਕ ਇੱਦਾਂ ਦੇ ਆ ਜਿਨ੍ਹਾਂ ਦੇ ਸਾਰਾ ਕੁਛ ਹੈਗਾ ਘਰਾਂ 'ਚ, ਹਾਂਜੀ, ਉਹ ਕੁਛ ਗਲਤ ਇਸਤੇਮਾਲ ਕਰ ਰਿਹਾ ਤੁਹਾਡੇ ਕੋਲੋਂ? ਹੈਗੇ ਉਹਦੇ ਸੰਬੰਧ ਦੱਸੋ ਜੀ। ਉਹ ਵੀ ਹੈਗੇ ਆ, ਮਤਲਬ ਕਿ ਕੁਛ ਲੋਕ ਇੱਦਾਂ ਦੇ ਜਿੱਦਾਂ ਮਤਲਬ ਕਿ ਨੰਬਰ ਉਹਨਾਂ ਨੂੰ ਮਿਲ ਗਏ ਆ, ਉਹਦਾ ਨਜਾਇਜ਼ ਫਾਇਦਾ ਚੱਕਦੇ ਪਏ ਆ, ਘਰ ਸਮਾਨ ਹੋਣ ਦੇ ਬਾਵਜੂਦ ਵੀ ਉਹ ਸਮਾਨ ਮੰਗਦੇ ਆ, ਬਟ ਇੱਦਾਂ ਕਿ ਆਪਣੇ ਭੋਗਪੁਰ ਵਿੱਚ ਇੱਦਾਂ ਦਾ ਕੋਈ ਕੇਸ ਨਹੀਂ। ਸਰ ਜਿਹੜਾ ਮਤਲਬ ਜਿਹਨਾਂ ਕੋਲ ਕੋਈ ਹੈ ਨਹੀਂ ਆਧਾਰ ਕਾਰਡ ਹੈ ਨਹੀਂ, ਹਾਂਜੀ, ਪ੍ਰਵਾਸੀ ਬੰਦੇ ਆ ਜਾਂ ਕੋਈ ਉਹਨਾਂ ਕੋਲ ਸ਼ਨਾਖਸੀ ਕਾਰਡ ਹੈ ਨਹੀਂ ਕੁਛ ਵੀ, ਉਹਦੇ ਸੰਬੰਧ ਦੱਸੋ। ਜਿੰਨੇ ਪ੍ਰਵਾਸੀ ਜਿਹੜੇ ਬੈਠੇ ਆ ਮੋਸਟਲੀ ਆਪਣੇ ਭੋਗਪੁਰ ਵਿੱਚ ਮੰਡੀ 'ਚ ਬੈਠੇ ਆ, ਉਹਨਾਂ ਨੂੰ ਕੱਲ੍ਹ ਆਲਮੋਸਟ 20 ਤੋਂ 25 ਦਿਨਾਂ ਦਾ ਰਾਸ਼ਨ ਆਪਾਂ ਸਪਲਾਈ ਕਰ ਚੁੱਕੇ ਹਾਂ। ਠੀਕ ਹੈ ਸਰ। ਆਲੂ, ਪਿਆਜ਼, ਦਾਲਾਂ, ਚਾਵਲ, ਹੋਰ ਮਸਾਲੇ ਮਸੂਲੇ ਸਾਰੇ ਡਿਲੀਵਰੀ ਉੱਥੇ ਕਰਦੇ ਪਏ, NGOs ਵੀ ਕਰਦੇ ਪਏ ਸਰਕਾਰ। ਸਰ ਜਿਹੜੇ 10 ਲੱਖ ਪੈਕੇਟ ਪੈਕੇਜ ਜਿਹੜਾ ਪੈਕੇਟ ਰਾਸ਼ਨ ਦਾ ਜੋ ਸਰਕਾਰ ਨੇ ਸੁੱਖਾ ਰਾਸ਼ਨ ਦਾ, ਉਹਦਾ ਜਿਹੜਾ ਸਾਡੇ ਭੋਗਪੁਰ ਵਾਸੀਆਂ ਨੂੰ ਦਾਨ ਕਰੇ ਦੇ ਦਿਓ, ਕਦੋਂ ਵੰਡਣਾ ਜਾਂ ਆ ਚੁੱਕਾ ਹੈ ਉਹਦਾ ਡਿਟੇਲਸ ਦੱਸ ਦਿਓ। ਉਹ ਵੀਡੀਓ ਕਾਨਫਰੰਸਿੰਗ ਚੱਲਦੀ ਵੀ DC ਸਾਹਿਬ ਦੀ, ਮਾਨਯੋਗ CM ਸਾਹਿਬ ਦੇ ਨਾਲ,
ਉਹ ਪੈਕਟ ਬਣਾਉਣੇ ਸ਼ੁਰੂ ਕਰਤੀ ਆ ਸਰਕਾਰ ਨੇ, ਜਿਹਦੇ ਵਿੱਚ 10 ਕਿਲੋ ਆਟਾ ਹੋਏਗਾ, 2 ਕਿਲੋ ਦਾਲਾਂ ਹੋਣਗੀਆਂ, ਖੰਡ ਹੋਏਗਾ, ਤੇਲ ਵੀ ਹੋਏਗਾ, ਜੋ ਮਤਲਬ ਕਿ ਗਰੋਸਰੀ ਆਈਟਮ ਚਾਹੀਦੀ ਹੈ ਉਹ ਜਿੱਦਾਂ ਜਿੱਦਾਂ ਤਿਆਰ ਹੋ ਹੀ ਜਾਣੇ ਆ, ਇੱਕ ਲਿਸਟ ਤਿਆਰ ਹੋ ਰਹੀ ਹੈ, ਉਹ ਲਿਸਟ ਅੱਜ ਸ਼ਾਮੀ ਜਾਰੀ ਹੋ ਜਾਣੀ ਆ ਫਿਰ ਉਹ ਪਰਿਵਾਰਾਂ ਨੂੰ। ਤੁਹਾਡੇ ਨਾਲ ਸਰ ਐਮਸੀਆਂ ਨੂੰ ਦੇਣਾ ਹੈ, ਸਰਪੰਚਾਂ ਨੂੰ ਦੇਣਾ ਹੈ, ਇਹ ਕਿੱਦਾਂ ਕਿੱਦਾਂ ਤੁਹਾਡਾ ਕੀ ਤਿਆਰੀ ਹੈ ਉਹਦੇ ਲਈ ਸਰ? ਸਾਨੂੰ ਜੋ ਹਜੇ ਤੱਕ ਹਦਾਇਤਾਂ ਆਈਆਂ ਉਹ ਅਸੀਂ ਐਮਸੀਆਂ ਨੂੰ ਉਹ ਅਸੀਂ ਆਪ ਖੁਦ ਸਰਕਾਰ ਨੇ ਮਤਲਬ ਮੁਲਾਜ਼ਮਾਂ ਨੇ ਜਾ ਕੇ ਦੇ ਗਿਆ ਨਾ, ਅਤੇ ਬਟ ਇੱਦਾਂ ਹੈ ਕਿ ਹਾਂ ਵੀ ਵਲੰਟੀਅਰਸ ਦੀ ਲਿਸਟ ਜ਼ਰੂਰ ਮੰਗੀ ਆ, ਕਿਉਂਕਿ ਪੋਸੀਬਲ ਹੈ ਨਹੀਂ ਹੁਣ, ਅਸੀਂ ਜੇ ਇੱਥੇ ਹੈਗੇ ਪੰਜ ਸਟਾਫ ਮੈਂਬਰਸ ਹੈ, ਸਾਡੇ ਪੰਜਾਂ ਕੋਲ ਪੋਸੀਬਿਲਿਟੀ ਨਹੀਂ, ਇਸ ਕਰਕੇ ਵਲੰਟੀਅਰਸ ਦੀ ਲਿਸਟ ਮੰਗੀ। ਇਸ ਨਾਲ ਤੁਸੀਂ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ, ਜਿਹੜਾ ਤੁਹਾਡੇ ਕੋਲ ਡੀ ਸੀ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ, ਕੁਛ ਸੁਨੇਹਾ ਦੇਣਾ ਚਾਹੁੰਦੇ ਵੀ ਅਸੀਂ ਘੱਟ ਵਰਕਣਾ, ਕੀ ਇਹਦੇ ਬਾਰੇ ਜ਼ਿਆਦਾ ਵਰਕ ਹੋਣੇ ਚਾਹੀਦੇ ਕੀ ਆ? ਨਹੀਂ ਨਹੀਂ, ਉਹ ਇੱਥੋਂ ਦੀ ਸਟਾਫ ਦੀ ਰਿਗਾਰਡਿੰਗ ਨਹੀਂ, ਕੋਈ ਪ੍ਰੋਬਲਮ ਨਹੀਂ ਹੈਗੀ ਸਟਾਫ ਦੀ, ਬਟ ਇੱਦਾਂ ਕਿ ਵਲੰਟੀਅਰ ਸਾਨੂੰ ਫਿਰ ਵੀ ਚਾਹੀਦੇ ਹੋਣਗੇ ਪਿੰਡ 'ਚ, ਵਾਰਡ 'ਚ, ਕਿਉਂਕਿ ਹੁਣ ਜਿਹੜਾ ਇੱਕ ਵਾਰਡ ਹੈ ਉਹਦੇ ਵਿੱਚ ਮਤਲਬ ਕਿ ਸਤਨਾਮ, ਫੋਰ ਐਗਜ਼ਾਮਪਲ ਸਤਨਾਮ ਸਿੰਘ ਸਾਡਾ ਹੋਊ ਆ, ਉਹ ਸਤਨਾਮ ਸਿੰਘ ਸਾਨੂੰ ਨਹੀਂ ਪਤਾ, ਬਟ ਉਹ ਜਿਹੜਾ ਵਲੰਟੀਅਰ ਹੋਏਗਾ ਵਾਰਡ ਦਾ ਜਾਂ ਪਿੰਡ ਦਾ, ਉਹਦਾ ਉਹਨੂੰ ਪਤਾ ਹੋਏਗਾ, ਉਹਦੇ ਨਾਲ ਜਾ ਕੇ ਆਪਾਂ ਉਹਦੇ ਘਰ 'ਚ ਡਿਲੀਵਰੀ ਕਰਾ। ਸਰ ਜਦੋਂ ਇਹ ਦਿੱਤਾ ਜਾਏਗਾ, ਕਿਆ ਤੁਸੀਂ ਮੀਡੀਆ ਨੂੰ ਇਨਫੋਰਮੇਸ਼ਨ ਕਰੋ ਕਿ ਹਾਂ ਇਹ ਸਾਡਾ ਆ ਗਿਆ, ਤੁਸੀਂ ਆਖਿਰ ਕਵਰੇਜ? ਬਿਲਕੁਲ ਬਿਲਕੁਲ, ਮੀਡੀਆ ਨੂੰ ਇਨਫੋਰਮੇਸ਼ਨ ਪ੍ਰੋਵਾਈਡ। ਸ਼ਹਿਰ ਵਾਸੀ ਇਹ ਕਹਿੰਦੇ ਕੁਛ ਇਹ ਲਈ ਇੰਟਰਵਿਊ ਲਈ ਲੋਕਾਂ ਦੀ, ਹਾਂਜੀ ਕੁਛ ਥੋੜ੍ਹੇ ਜਿਹੇ ਲੋਕ ਇਹ ਕਹਿ ਰਹੇ ਵੀ ਅਜੇ ਤੱਕ ਸਾਨੂੰ ਕੋਈ ਮੁਹੱਈਆ ਚੀਜ਼ ਨਹੀਂ ਹੋ ਰਹੀ ਮੁਹੱਲਿਆਂ 'ਚ। ਮੁਹੱਲਿਆਂ 'ਚ ਤਾਂ ਹਰ ਇੱਕ ਮਤਲਬ ਕਿ ਜੇ ਤਾਂ ਹੈਗੇ ਆ, ਗਰੀਬ ਪਰਿਵਾਰ ਹੈ, ਤੁਸੀਂ ਗੱਲ ਕਰਦੇ ਪਏ ਨਾ, ਉਹਨਾਂ ਦੀ ਡਿਲੀਵਰੀ ਹੁਣ ਸ਼ੁਰੂ ਹੋਈ ਨਹੀਂ ਐਟ ਦੀ ਅਰਲੀਐਸਟ। ਜਿਹੜੇ ਬਾਕੀ ਪਰਿਵਾਰ ਹੈ ਉੱਥੇ ਤਾਂ ਹੋਮ ਡਿਲੀਵਰੀ ਕਰਵਾ ਰਹੇ ਆ, ਸਾਰੇ ਕਰਿਆਨਾ ਸਟੋਰ ਵੀ ਕਰ ਰਹੇ ਆ, ਦਵਾਈਆਂ ਵਾਲੇ ਵੀ ਕਰ ਰਹੇ ਆ, ਜਿਹਨੂੰ ਚਾਹੀਦੀ ਉਹ ਫੋਨ ਕਰਦੇ, ਉਹ ਪੈਕ ਕਰਕੇ ਉੱਥੇ ਉਹਨਾਂ ਦੀ। ਇਸ ਸੰਬੰਧ ਵਿੱਚ ਕੋਈ ਸੰਦੇਸ਼ ਦਿਓ ਸ਼ਹਿਰ ਵਾਸੀਆਂ ਨੂੰ, ਪਿੰਡ ਵਾਸੀਆਂ ਨੂੰ ਵੀ? ਸ਼ਹਿਰ ਫਿਕਰ ਨਾ ਕਰ, ਫਿਕਰ ਨਾ। ਹਾਂ, ਸ਼ਹਿਰ ਅਤੇ ਪਿੰਡ ਵਾਸੀਆਂ ਨੂੰ ਇੱਕੋ ਵਿਦਾਇਤ ਕਿ ਹਰ ਚੀਜ਼ ਤੁਹਾਡੇ ਘਰ ਤੱਕ ਪਹੁੰਚੇਗੀ, ਤੁਹਾਡੀ ਡੋਰ ਸਟੈਪ 'ਤੇ ਪਹੁੰਚੇਗੀ। ਬਸ ਇਹੀ ਬੇਨਤੀ ਆ ਕਿ ਕਰੋਨਾ ਜਿਹੜਾ ਥਰਡ ਸਟੇਜ 'ਚ ਪਹੁੰਚ ਗਿਆ, ਅਤੇ ਕਿਰਪਾ ਕਰਕੇ ਆਪਣਾ ਘਰੇ ਰਹੋ। ਸਰ ਇੱਕ ਲਾਸਟ ਕੁਐਸਚਨ ਫਰ ਯੂ ਸਰ, ਤੁਸੀਂ ਆਪਣਾ ਨੰਬਰ ਬਕਾਇਦਾ ਲੋਕਾਂ ਪਬਲਿਕ ਨੂੰ ਇਹ ਕਰਦੇ, ਜਿਹੜਾ ਜਿਹਨੂੰ ਕੋਈ ਪ੍ਰੋਬਲਮ ਹੋਵੇ ਤੁਹਾਨੂੰ ਕਾਲ ਕਰ ਸਕਦੇ? ਫਸਟ ਡੇ ਜਿੱਦਣ ਆਪਾਂ ਸਾਰੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਸੀ, ਉਦੋਂ ਪ੍ਰੋਪਰ ਨਿਊਜ਼ ਪੇਪਰਾਂ 'ਚ ਮੈਂ ਆਪਣਾ ਨੰਬਰ ਦਿੱਤਾ ਸੀ, ਜਿਹਨੂੰ ਵੀ ਕੋਈ ਪ੍ਰੋਬਲਮ। ਚਲੋ ਹੁਣ ਵੀ ਕਰ ਦਿਓ ਸਰ, ਹੁਣ ਵੀ ਚੈਨਲ, ਸਾਡੇ ਚੈਨਲ 'ਚ ਕਰ ਦਿਓ, ਦੋ ਵਾਰੀ ਕਰ ਦਿਓ। ਮੇਰਾ ਨੰਬਰ ਹੈ 81463055599, ਫਿਰ ਤੋਂ ਮੈਂ ਰਿਪੀਟ ਕਰਦਾ, 81463055599। ਕਿਸੇ ਨੂੰ ਵੀ ਰਾਸ਼ਨ ਦੇ ਸੰਬੰਧੀ ਜਾਂ ਖਾਣ ਪੀਣ ਦੇ ਸੰਬੰਧੀ ਜਾਂ ਦਵਾਈਆਂ ਸੰਬੰਧੀ ਜਾਂ ਕੋਈ ਹੋਰ ਸੰਬੰਧੀ ਕੋਈ ਪ੍ਰੋਬਲਮ ਆਉਂਦੀ ਆ, ਤੁਸੀਂ ਮੇਰੇ ਇਸ ਨੰਬਰ 'ਤੇ। ਸਰ ਕੁਛ ਲੋਕ ਸੰਦੇਸ਼ ਦੇਣਾ ਚਾਹੁੰਦੇ ਲੋਕਾਂ ਨੂੰ, ਜਿਹੜੇ ਲੋਕ ਜਦੋਂ ਵੀ ਜਾਂਦੇ ਪਿੰਡਾਂ ਜਾਂ ਸ਼ਹਿਰਾਂ 'ਚ, ਸ਼ਹਿਰ ਦੇ ਵਿੱਚ ਪ੍ਰੋਪਰ, ਉਹਦੇ ਸੰਬੰਧ ਦੱਸੋ ਵੀ ਲੋਕਾਂ ਨੂੰ ਕੀ ਸੰਦੇਸ਼ ਦੇਣਾ, ਇਕੱਠੇ ਲੋਕ ਹੋਣ, ਕਿੰਨੇ ਕਿੰਨੇ ਫਾਸਲੇ 'ਤੇ ਹੋਣ, ਕਿੱਦਾਂ ਹੋਣ, ਕੀ ਗੱਲ? ਪਹਿਲੇ ਤਾਂ ਘਰਾਂ 'ਚੋਂ ਬਾਹਰ ਨਿਕਲਣ ਦੀ ਲੋੜ ਨਹੀਂ, ਜੇ ਕੋਈ ਨਿਕਲਦਾ ਵੀ ਆ ਇਕੱਲਾ ਉਹ ਨਿਕਲੇ, ਕਿਸੇ ਦੇ ਨਾਲ ਹੈਂਡ ਟੱਚ ਨਾ ਕਰੇ, ਕਿਸੇ ਦੇ ਸੰਪਰਕ 'ਚ ਨਾ ਆਏ, ਆਪਣਾ ਸੈਨੇਟਾਈਜ਼ਰ ਆਪਣੇ ਕੋਲ ਰੱਖੇ, ਮਾਸਕ ਆਪਣੇ ਕੋਲ ਰੱਖੇ, ਅਤੇ ਜਿੰਨਾ ਹੋ ਸਕੇ ਮਤਲਬ ਕਿ ਜਿਹੜੀ ਆਈਸੋਲੇਸ਼ਨ ਹੈ ਉਹ ਜ਼ਿਆਦਾ ਬੈਟਰ ਹੈ, ਜੇ ਸੋਸ਼ਲ ਡਿਸਟੈਂਸਿੰਗ ਆਪਾਂ ਰੱਖਾਂਗੇ ਤਾਂ ਤਾਂ ਹੀ ਉਹ ਬਚਾਅ ਆ, ਕਿਉਂਕਿ ਤੁਹਾਨੂੰ ਪਤਾ ਆ ਬਚਾਅ 'ਚ ਹੀ ਬਚਾਅ ਆ, ਕਿਉਂਕਿ ਇਹ ਤਾਂ ਹਜੇ ਕੋਈ ਦਵਾਈ ਨਹੀਂ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਸਰ।